ਤੇ ਗੱਲ ਕਰਾਂਗੇ ਪੰਜਾਬ ਦੀਆਂ ਜੇਲ੍ਹਾਂ ਦੀ। ਅੰਮ੍ਰਿਤਸਰ ਦੀ ਜੇਲ੍ਹ ਦੀ ਕੰਧ ਤੋੜ ਕੇ ਭੱਜੇ ਕੈਦੀਆਂ ਦੇ ਮਾਮਲੇ ਦੇ ਵਿੱਚ ਅਕਾਲੀ ਦਲ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਨਿਸ਼ਾਨਾ ਸਾਧਿਆ ਤੇ ਮੁੱਖ ਮੰਤਰੀ ਨੂੰ ਮਾਮਲੇ ਦਾ ਗੰਭੀਰ ਨੋਟਿਸ ਲੈਣ ਦੇ ਲਈ ਕਿਹਾ ਗਿਆ। ਉਧਰ ਜੇਲ੍ਹ ਮੰਤਰੀ ਨੇ ਅਕਾਲੀ ਦਲ ਨੂੰ ਨਿਸ਼ਾਨੇ ਤੇ ਲੈਂਦਿਆਂ ਕਈ ਸਵਾਲ ਪੁੱਛੇ ਨੇ। ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਸੈਂਟਰਲ ਜੇਲ੍ਹ ਬ੍ਰੇਕ ਮਾਮਲੇ ਨੂੰ ਲੈ ਕੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਿਸ਼ਾਨੇ ਤੇ ਲਿਆ ਹੈ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਜੇਲ੍ਹ ਮੰਤਰੀ ਤੇ ਗੈਂਗਸਟਰਾਂ ਨਾਲ ਸਿੱਧੇ ਲਿੰਕ ਹੋਣ ਦਾ ਇਲਜ਼ਾਮ ਲਗਾਇਆ। ਤਾਂ ਦਲਜੀਤ ਚੀਮਾ ਨੇ ਮੁੱਖ ਮੰਤਰੀ ਤੇ ਜੇਲ੍ਹ ਮੰਤਰੀ ਦੇ ਖਿਲਾਫ਼ ਕਾਰਵਾਈ ਦੀ ਬਜਾਏ ਉਹਨਾਂ ਦਾ ਹੌਂਸਲਾ ਵਧਾਉਣ ਦਾ ਇਲਜ਼ਾਮ ਲਗਾਇਆ। ਉਧਰ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਮਾਮਲੇ 'ਚ ਗੰਭੀਰਤਾ ਦਿਖਾਉਣੀ ਚਾਹੀਦੀ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸੁਖੀ ਰੰਧਾਵਾ ਜਿਹੜੇ ਜੇਲ੍ਹ ਮਿਨਿਸਟਰ ਹੈ ਉਹਦੇ ਗੈਂਗਸਟਰ ਨਾਲ ਲਿੰਕ ਓਪਨ ਹੈ। ਆਹ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ, ਇਹਦੇ 'ਚ ਮਿਨਿਸਟਰ ਦਾ ਵੀ ਹੱਥ ਹੋ ਸਕਦਾ, ਕਿਉਂਕਿ ਤੁਸੀਂ ਦੇਖੋ ਜਿੰਨੀਆਂ ਫੈਸਿਲਿਟੀਜ਼ ਗੈਂਗਸਟਰ ਨੂੰ ਮਿਲ ਰਹੀਆਂ, ਓਪਨਲੀ ਗੈਂਗਸਟਰਾਂ ਦੀ ਸਪੋਰਟ ਕਰਦਾ ਸੁਖੀ ਰੰਧਾਵਾ, ਉਹਦੇ ਆਪਣੇ ਹਲਕੇ ਦੇ ਮੇਜਰ ਗੈਂਗਸਟਰ ਹੈ, ਆਹ ਬੜਾ ਸੀਰੀਅਸ ਮੈਟਰ। ਮੁੱਖ ਮੰਤਰੀ ਹੈਜ਼ ਟੂ ਸੀਰੀਅਸਲੀ ਟੇਕ ਇਨ ਟੂ ਕੰਸਿਡਰੇਸ਼ਨ ਆਲ ਦੀਸ ਥਿੰਗਸ। ਜਿਹਨਾਂ ਦੇ ਵਿੱਚ ਕ੍ਰਿਮੀਨਲ ਲਾਈਵ ਹੋ ਰਿਹਾ, ਜਿਹਨਾਂ ਦੇ ਅੰਦਰੋਂ ਕ੍ਰਾਈਮ ਵਰਲਡ ਆਪਣਾ ਕੰਮ ਕਰ ਰਿਹਾ, ਜਿਹਨਾਂ ਦੇ ਵਿੱਚੋਂ ਡਰੱਗਸ ਦਾ ਧੰਦਾ ਚੱਲ ਰਿਹਾ, ਜੇਲ੍ਹਾਂ ਦੇ ਅੰਦਰ ਮਰਡਰ ਹੋ ਰਿਹਾ, ਇਸ ਕਰਕੇ ਕੋਈ ਇੱਕ ਕੰਮ ਹੋਇਆ ਹੋਵੇ ਤਾਂ ਉਹ ਤਾਂ ਹੈ 1800 ਦੇ ਕਰੀਬ ਮੋਬਾਈਲ ਸਰਕਾਰ ਮੰਨੀ ਜਾਂਦੀ ਕਿ ਫੜੇ ਗਏ। ਚਲੋ ਜੇਲ੍ਹ ਮੰਤਰੀ ਸਾਹਿਬ ਨੂੰ ਕਹੋ ਕਿ ਜੇ ਕੋਈ ਕਸਰ ਰਹਿ ਗਈ ਹੈ ਤਾਂ ਪੂਰੀ ਕਰ, ਤੁਸੀਂ ਫਸਟ ਆਉਣੇ ਚਾਹੀਦੇ ਆ ਇੰਡੀਆ ਦੇ ਵਿੱਚ ਗਲਤ ਕੰਮਾਂ 'ਚ, ਇਸ ਕਰਕੇ ਜੇ ਕੋਈ ਕਸਰ ਰਹਿ ਗਈ ਹੈ ਤਾਂ ਹਾਲੇ ਆਪਣੀ ਪੂਰੀ ਕਰ। ਜੇਲ੍ਹ ਬ੍ਰੇਕ ਮਾਮਲੇ 'ਚ ਟੋਟਲ ਫੇਲੀਅਰ ਸਰਕਾਰ ਦੀ ਔਰ ਜੇਲ੍ਹ ਮਿਨਿਸਟਰ ਦੀ ਹੈ ਕਿ ਅੰਮ੍ਰਿਤਸਰ 'ਚ ਜਿਹੜੀ ਹਾਈ ਸਿਕਿਉਰਿਟੀ ਜੇਲ੍ਹ ਹੈ ਇਹ ਗੱਲ ਉੱਥੋਂ ਬੰਦੇ ਫਰਾਰ ਹੋ ਜਾਂਦੇ ਆ, ਇਹ ਸਪਸ਼ਟ ਕਰ ਦਿੰਦਾ ਹੈ ਕਿ ਜੇਲ੍ਹ ਦਾ ਅੱਜ ਜੋ ਮਾੜਾ ਹਾਲ ਹੈ ਉਸ ਮਾੜੇ ਹਾਲ ਕਰਕੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਵੀ ਬੜੀ ਵੱਡੀ ਇੱਕ ਚੁਣੌਤੀ ਤੇ ਸਥਿਤੀ ਬਣੀ ਪਈ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ, ਇੱਕ ਘੰਟੇ ਬਾਅਦ ਜਿਹੜਾ ਉੱਥੇ ਬਾਰਡਰ ਲੱਗਾ ਹੁੰਦਾ ਉਹਦਾ ਹੁੰਦਾ ਕਿ ਜੇਲ੍ਹ ਦੇ ਅੰਦਰ ਉਸ ਬੈਰਕ ਦੇ ਅੰਦਰ ਚੱਕਰ ਮਾਰਦਾ, ਉਹਨੇ ਚੱਕਰ ਨਹੀਂ ਮਾਰਿਆ, ਇਹ ਗਲਤੀ ਤਾਂ ਉਹਦੀ ਹੈਗੀ, ਲੈਪਸ ਦੇ ਬਹੁਤ ਵੱਡਾ ਬਹੁਤ ਵੱਡੀ ਜਿਹੜੀ ਕੁਤਾਹੀ ਆ, ਔਰ ਉਹਨਾਂ ਬੰਦਿਆਂ 'ਤੇ ਅਸੀਂ ਕੇਸ ਰਜਿਸਟਰ ਕਰ ਦਿੱਤੇ ਕਿ ਉਹਨਾਂ ਦੀ ਇਨਕੁਆਇਰੀ ਕਰਾਂਗੇ ਕਿ ਉਹ ਉਸ ਟਾਈਮ ਕਿੱਥੇ ਰਹੇ ਅਤੇ ਕਿਵੇਂ ਉਹਨਾਂ ਨੇ ਕੀਤਾ, ਇਹ ਜਿਹੜੀ ਚੀਜ਼ਾਂ ਨੇ ਉਹਨਾਂ ਨੂੰ ਕਰ ਰਹੇ ਹਾਂ। ਲੇਕਿਨ ਅਕਾਲੀ ਦਲ ਕਹਿ ਰਿਹਾ ਹੈ ਕਿ ਜੇਲ੍ਹ ਮੰਤਰੀ ਫੇਲ ਹੈ। ਨਹੀਂ, ਉਹ ਤਾਂ ਇਹ ਵੀ ਕਹਿੰਦੇ ਸੀ ਕਿ ਉੱਥੇ ਇੱਕ ਜਿਹੜਾ ਸਰਪੰਚ ਮੇਰੇ ਏਰੀਏ ਦਾ ਅਤੇ ਉਹਦਾ ਵੀ ਕਹਿੰਦੇ ਸੀ ਅਤੇ ਹਾਈਕੋਰਟ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ ਨਾ ਕਿ ਕਹਿੰਦੇ ਜੀ ਮਰਡਰ ਹੀ ਇਹਨੇ ਕਰਾਇਆ, ਅਤੇ ਇਹਨੂੰ ਮੈਂ ਪੁੱਛਣਾ ਚਾਹੁੰਦਾ ਕਿ ਮੈਂ ਤਾਂ ਫੇਲ ਹਾਂ, ਇਹਦੇ ਹੋਮ ਮਿਨਿਸਟਰ ਸੀ, ਇਹਦੇ ਕੋਲ ਇਹਦੇ ਬਾਪੂ ਜੀ ਅਤੇ ਮਿਨਿਸਟਰ ਸੀਗੇ, ਉਦੋਂ ਕਿਉਂ ਨਹੀਂ ਹੋਏ, ਕਿਉਂ ਵਿੱਕੀ ਕਾਊਂਟਰ ਦੌੜਿਆ, ਕਿਉਂ ਜੇਲ੍ਹ ਰੋਇਟਸ ਹੋਏ, ਇਹਦੇ ਮੈਕਸੀਮਮ ਇਹਦੇ ਟਾਈਮ 'ਚ ਉੱਥੇ ਰੋਇਟਸ ਹੋਏ ਨੇ ਜੇਲ੍ਹਾਂ 'ਚ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਅਤੇ ਸੁਖਜਿੰਦਰ ਰੰਧਾਵਾ ਆਹਮੋ ਸਾਹਮਣੇ ਹੁੰਦੇ ਰਹੇ ਨੇ। ਗੁਰਦਾਸਪੁਰ 'ਚ ਸਾਬਕਾ ਸਰਪੰਚ ਦੇ ਕਤਲ ਮਾਮਲੇ ਨੂੰ ਲੈ ਕੇ ਵੀ ਅਕਾਲੀ ਦਲ ਨੇ ਜੇਲ੍ਹ ਮੰਤਰੀ ਨੂੰ ਘੇਰਨ 'ਚ ਕੋਈ ਕਸਰ ਨਹੀਂ ਛੱਡੀ ਸੀ। ਚੰਡੀਗੜ੍ਹ ਤੋਂ ਤਪਿਨ ਮਲਹੋਤਰਾ ਦੇ ਨਾਲ ਬਿਊਰੋ ਰਿਪੋਰਟ, ਸੀ ਮੀਡੀਆ।